ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਸਾਡੇ ਵਾਲਾ ਸਟੂਡੀਓ। ਹੋਰ ਕਿੱਦਾਂ ਸਾਰੇ ਠੀਕ ਠਾਕ? ਦੋਸਤੋ, ਜਿਹੜੀ ਸਕਰੀਨ 'ਤੇ ਫੋਟੋ ਦੇਖ ਰਹੇ ਹੋ ਹੈ ਨਾ, ਇਹ ਬਾਈ ਨੇ ਬਹੁਤ ਸੋਹਣਾ ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਲਾਰਾਂ ਨੇ ਠੱਗਿਆ ਵਾ ਹੈ ਨਾ, ਉਹਨਾਂ ਲਈ ਰਿਪਲਾਈ ਕੀਤਾ। ਸੁਣ ਕੇ ਯਾਰ, ਇਮੀਗ੍ਰੇਸ਼ਨ ਵਾਲੇ, ਤੁਸੀਂ ਕੱਲ੍ਹ ਦਾ ਫੁੱਦੂ ਕੰਮ ਖੋਲਿਆ, ਜਿਹੜੀਆਂ ਤੁਸੀਂ ਫਾਈਲਾਂ ਭਰੀਆਂ 5-5, 6-6 ਹਜ਼ਾਰ ਡਾਲਰ ਲਿਆ, ਕਾਹਦਾ ਲਿਆ ਤੁਸੀਂ? ਤੁਹਾਡੇ ਕੋਲ ਪ੍ਰੂਫ ਹੈਗਾ? ਤੁਹਾਨੂੰ ਗੌਰਮੈਂਟ ਨੇ ਕਿਹਾ ਵੀ ਇੱਕ ਇੱਕ ਦੀ ਫੀਸ ਇੰਨੀ ਇੰਨੀ ਲੈਣੀ ਹੈ, 5 ਹਜ਼ਾਰ ਲੈ ਲਓ, 6 ਹਜ਼ਾਰ ਲੈ ਲਓ ਯਾਰ, ਸਾਰਾ ਪੇਪਰ ਵਰਕ ਤਾਂ ਜਵਾਕਾਂ ਨੇ ਦੇਣਾ, ਤੁਸੀਂ ਕੀ ਲਿਆ ਆਪਦੇ ਕੋਲੋਂ? ਕੁਛ ਨਹੀਂ ਕੀਤਾ ਤੁਸੀਂ, ਸਾਰਾ A to Z ਪੇਪਰ ਵਰਕ ਤੁਹਾਨੂੰ ਜਵਾਕਾਂ ਨੇ ਦਿੱਤਾ। ਤੁਸੀਂ ਕੁਰਸੀਆਂ ਤੇ ਬਹਿ ਕੇ 5-5, 6-6 ਹਜ਼ਾਰ ਡਾਲਰ ਲਿਆ, ਧੱਕਾ ਕੀਤਾ ਤੁਸੀਂ ਜਮਾ ਇਹ। ਤੇ ਆ ਦੂਜੀ ਗੱਲ ਜਿਹੜੀ ਆ ਫੋਟੋਆਂ ਖਿੱਚਣ ਵਾਲੇ ਯਾਰ, ਉਹ ਪਤੰਦਰੋ ਤੁਸੀਂ ਸ਼ਰਮ ਕਰ ਲਓ ਪਤੰਦਰੋ, $5-7 ਦੀ ਜਿਹੜੀ ਫੋਟੋ ਤੁਸੀਂ ਖਿੱਚਦੇ ਸੀ, ਬਸ਼ਰਮੋ 50-50, 60-60 ਡਾਲਰ ਤੁਸੀਂ ਜਿਹੜੇ ਜਵਾਕਾਂ ਨੂੰ ਰਗੜਿਆ, ਤੁਸੀਂ ਕਿੱਥੇ ਭਰੋਗੇ ਤੁਸੀਂ ਇਹ? ਹੈਂ, ਮੈਂ ਤੁਹਾਨੂੰ ਕਹਿੰਦਾ ਯਾਰ, ਸਾਡੀ ਕੌਮ ਪੂਰੀ ਸੇਵਾ ਦੀ ਕੌਮ ਆ, ਸਾਡਾ ਝੰਡਾ ਅੱਜ ਸਾਰੀ ਦੁਨੀਆ ਦੇ ਵਿੱਚ, ਤੇ ਤੁਹਾਡੇ ਵਰਗੇ ਗਦਾਰਾਂ ਦੀ ਵਜ੍ਹਾ ਦੇ ਨਾਲ ਸਾਨੂੰ ਆਹ ਦਿਨ ਦੇਖਣਾ ਪਿਆ। ਤੁਸੀਂ ਸਾਨੂੰ ਮਰਵਾਉਣਾ ਜਿੱਦੇ ਮਰਵਾਇਆ, ਸਾਰੀਆਂ ਗਲਤੀਆਂ ਤੁਹਾਡੀਆਂ ਹੋਣਗੀਆਂ। ਜਿਹੜੇ ਤੁਸੀਂ ਪੈਸੇ ਅੱਧੇ ਲੈ ਲਏ ਆ ਇਹਨਾਂ ਤੋਂ, ਜਾਂ ਜਿਹਨਾਂ ਜਵਾਕਾਂ ਨੇ ਦੇਣੇ ਆ, ਠੀਕ ਆ, ਜੇ ਤੁਹਾਡੇ 'ਚ ਇਨਸਾਨੀਅਤ ਆ, ਯਾਰ ਮੈਂ ਤੁਹਾਨੂੰ ਸਿੱਧਾ ਗੱਲ ਕਹਿੰਦਾ, ਜੇ ਤੁਹਾਡੇ 'ਚ ਇਨਸਾਨੀਅਤ ਆ ਨਾ, ਤੁਸੀਂ ਪੈਸੇ ਲਿਓ ਨਾ ਭੋਰਾ ਭਰ ਜਵਾਕਾਂ ਤੋਂ, ਠੀਕ ਆ, ਜਾਂ ਜਿਹਨਾਂ ਜਵਾਕਾਂ ਨੇ ਦੇਣੇ ਆ, ਯਾਰ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੈਸੇ ਨਹੀਂ ਦੇਣੇ ਇਹਨਾਂ ਨੂੰ। ਮੈਂ ਕਹਿੰਦਾ ਨਹੀਂ ਦੇਣੇ ਪੈਸੇ, ਕੋਈ ਗੌਰਮੈਂਟ ਦਾ ਇਹੋ ਜਿਹਾ ਨਿਗਾਹ ਵੀ ਜਿੱਥੇ ਤੁਹਾਨੂੰ ਪੈਸੇ ਮੰਗ ਸਕਣ ਇਹ। ਉਹ ਦੂਜੀ ਗੱਲ ਇਮੀਗ੍ਰੇਸ਼ਨ ਵਾਲਿਓ, ਆ ਜਿੰਨਾ ਜਵਾਕਾਂ ਤੋਂ ਤੁਸੀਂ ਪੈਸੇ ਲਏ ਆ ਨਾ, ਤੇ ਜਾਂ ਆਪਦੇ ਲੈਣੇ ਆ, ਇੱਕ ਗੱਲ ਮੈਂ ਤੁਹਾਨੂੰ ਧਿਆਨ ਨਾਲ ਦੱਸਦਾ, ਇਹਨਾਂ ਤੋਂ ਪੈਸੇ ਲੈ ਕੇ ਨਾ ਇਹਨਾਂ ਦਾ ਮੂੰਹ ਦੇਖ ਲਿਓ ਜਵਾਕਾਂ ਦਾ, ਤੇ ਨਾਲ ਹੀ ਸ਼ਾਮ ਨੂੰ ਆਪਦੇ ਜਿਹੜੇ ਤੁਹਾਡੇ ਘਰ ਦੇ ਵਿੱਚ ਜਵਾਕ ਆ ਉਹਨਾਂ ਦਾ ਮੂੰਹ ਦੇਖ ਲਿਓ। ਤੁਹਾਡੇ ਚਪੇੜ ਰੱਬ ਮਾਰੂ, ਫੇਰ ਮਾਰੂ ਤੁਹਾਡੇ ਰੱਬ ਚਪੇੜ। ਤੇ ਦੂਜੀ